मेरा नाम अजीत कुमार सोनी है जी, मैं मोहन नगर का रहने वाला हूँ। कहता सी तुम क्या लांदा सी मेरी भैन नु? कहता सी परमजीत चोपड़ा, कहता सी ऐसी जगह तेरी भैन नु मारांगा लाश नहीं लभेगी। परमजीत चोपड़ा भी विशाल लांदा सी, कहता मेरा जीजा ऐसी जगह मारेगा तेरी लाश नहीं लभेगी। इन्होंने धक्का मारिया मेरी भैन नु, जिंदर है सारे ते परचा नहीं हुंदा, मैं अंदर नहीं बैठना, मैं सारे टंगने हैं। हुण देखो जी, मैंने साढ़े नौ बजे अंदाजा 1 बजे घरों फोन आया। मैं क्या की काम है? कहने घर बहुत जरूरी काम है। मैं क्या मैं की काम की है? कहने कंस्ट्रक्शन जॉब तो नहीं लगती पी। मैं क्या संजोग तक कोई गल नहीं लग सकी होनी है? कहने नहीं, जल्दी आओ घर आओ। मैं ऑलरेडी दरबार साहब है, मैं घर दरबार साहब ही बुला लिया। मैं उन्होंने पूछा कि मैं क्या सर इस साल की मैं डिटेल कढ़ाउणी चाहना कि दरबार साहब से कुड़ी 9:30 बजे आई है, अजे घर नहीं पहुंची। जिसे करके कहते कि तुम ऐसा करो कि तुम घूमने की लड़ नहीं थी, 50 नंबर रूम चल जाओ। मैं 50 नंबर रूम से लव लुभा के चल गया। तो मैं जो 9:30 बजे कुड़ी गई है कि मतलब कि अजे तक घर नहीं पहुंची। और कहते तुम भाई 2 मिनट है जो कुड़ी को फोटो वगैरह हैगी है, उन्होंने मतलब कि टॉप वगैरह दसिया ਉਹਨਾਂ ਕੁੜੀ ਦਾ ਹਲੀਆ ਮਤਲਬ ਕਹਿੰਦੇ ਕਿ ਕਿਸਾਨ ਲਈ ਮੈਂ ਆਏ ਸਾਹ ਕੀ ਹੈਗੀ ਸੀ। ਮਾਂ ਕੀ ਕਰਦੇ ਪਏ ਕਿ ਜਿਹੜਾ ਇਹਨਾਂ ਦਾ ਧੱਕਾ ਹੋਇਆ ਉਹ ਧੱਕਾ ਨਹੀਂ ਚਾਹੀਦਾ। ਹਾਂਜੀ, ਅਸੀਂ ਪੁਲਿਸ ਅਸੀਂ ਸਾਨੂੰ ਜਦੋਂ ਫੋਨ ਆਇਆ ਜੀ ਆਪਣਾ ਕਿ 1:15 ਵਜੇ 1:30 ਵਜੇ ਫੋਨ ਆਇਆ ਵਿਸ਼ਾਲ ਕਪੂਰ ਦਾ ਕਿ ਕਹਿੰਦੇ ਜੀ ਇਸ ਤਰ੍ਹਾਂ ਉਹਦੀ ਨਾ ਮਤ ਕਿ ਆਪਣਾ ਘਰੋਂ ਘਰੋਂ ਛੱਡ ਕੇ ਚਲੇ ਗਈ ਆ। ਤੇ ਮੈਂ ਕਿਹਾ ਕਿੰਨੇ ਵਜੇ ਗਈ? ਕਹਿੰਦਾ 9:15 ਵਜੇ ਗਈ ਆ ਘਰੋਂ ਦਰਬਾਰ ਸਾਹਿਬ, ਦਰਬਾਰ ਸਾਹਿਬ ਗਈ ਆ। ਤੇ ਮੈਂ ਕਿਹਾ ਹੁਣ ਤੂੰ ਸਵਾ 1 ਵਜੇ ਫੋਨ ਕਰਦਾ ਪਿਆ? ਕਹਿੰਦਾ ਨਹੀਂ ਲੱਭੀ ਨਹੀਂ, ਕਹਿੰਦਾ ਨਹੀਂ ਲੱਭੀ ਨਹੀਂ ਤੁਹਾਨੂੰ ਜੀ। ਉਹਨੇ ਕਿਹਾ ਉਹਨਾਂ ਨੇ ਦਰਬਾਰ ਸਾਹਿਬ ਗਏ, ਇਕੱਲੇ ਗਏ ਸੀਗੇ? ਉਹਨੇ ਕਿਹਾ ਹਾਂ ਇਕੱਲੀ ਗਈ। ਮੈਨੂੰ ਤਾਂ ਨਹੀਂ ਆਈ ਕਿ ਇਕੱਲੀ ਗਈ ਆ, ਪਹਿਲੋਂ ਵੀ ਕੋਈ ਬਹੁਤ ਝਗੜਾ ਹੈ ਕੋਈ? ਦੇਖੋ ਜੀ, ਉਹਨਾਂ ਥੋੜੀ ਦੇਰ ਪਹਿਲਾਂ ਵੀ ਝਗੜਾ ਚੱਲਿਆ ਸੀਗਾ, ਠੀਕ ਆ ਜੀ। ਉਹਨਾਂ ਦੇ ਆਪਣਾ ਆਪਣੇ ਭੂਆ ਜੀ ਦੀ ਨੂੰਹ ਵੀ ਆ, ਉਹਨੇ ਆ ਕੇ ਸ਼ੋਟ ਆਊਟ ਕੀਤਾ ਸੀਗਾ। ਤੇ ਪਰਮਜੀਤ ਵਗੈਰਾ ਇਹਨਾਂ ਦੇ ਆਪਣਾ ਜਿਹੜਾ ਇਹਨਾਂ ਦੀ ਜਿਹੜੀ ਭੂਆ ਦਾ ਮੁੰਡਾ ਉਹ ਵੀ ਨਾਲ ਆਇਆ ਸੀਗਾ। ਝਗੜਾ ਹੁੰਦਾ ਜਿਸ ਕਾਰਨ? ਕੁੜੀ ਨੂੰ ਦੇਖੋ, ਕੁੜੀ ਨੂੰ ਕੁਛ ਦੇਣਾ ਨੀ, ਕੁੜੀ ਨੂੰ ਕੱਪੜਾ ਲਿੱਤਾ ਨੀ ਲਾ ਕੇ ਦੇਣਾ, ਕੁੜੀ ਨੂੰ ਕੁਛ ਖਾਣ ਪੀਣ ਨੂੰ ਕੁਛ ਚਾਜਣਾ ਨੀ ਰੱਖਣਾ, ਕੁਛ ਨੀ ਕਰਨਾ। ਅਗਲੀ ਪਹਿਲਾਂ ਵੀ 8 ਦਿਨ ਪਹਿਲਾਂ ਵੀ ਕੁੜੀ ਘਰੋਂ ਛੱਡ ਕੇ ਆਪਣਾ ਆਪਣਾ ਦਰਬਾਰ ਸਾਹਿਬ ਰਹਿੰਦੀ ਰਹਿੰਦੀ ਰਹੀ ਹੈ, ਠੀਕ ਆ ਜੀ। ਤੇ ਉਸ ਹਾਂ ਜੀ, ਤੇ ਇਹਨਾਂ ਨੇ ਵੀ ਮਤਲਬ ਸਾਨੂੰ ਦੱਸਿਆ ਨੀ ਉਦੋਂ ਕਿਹੜਾ ਸਵੇਰੇ ਘਟਨਾ ਕਾਰਨ ਹੋਇਆ। ਤੁਹਾਨੂੰ ਕੀ ਲੱਗਦਾ ਵੀ ਉਹਨਾਂ ਡਿਪਰੈਸ਼ਨ ਚ ਆ ਕੇ ਜਾਂ ਨਹੀਂ? ਕੋਈ ਡਿਪਰੈਸ਼ਨ ਦੀ ਕੋਈ ਡਿਪਰੈਸ਼ਨ ਦੀ ਕੋਈ ਨਹੀਂ ਸੀਗੀ। ਪਰਸੋਂ ਵਾਲੇ ਦਿਨ ਉਹ ਕੁੜੀ ਆ ਆਪਣਾ ਦੀਵਾਲੀ ਵਾਲੇ ਦਿਨ, ਦੀਵਾਲੀ ਵਾਲੇ ਦਿਨ ਘਰ ਆਈ ਆ, ਟਿੱਕਾ ਟੁੱਕਾ ਲਾ ਕੇ ਗਈ ਆ। ਜੇ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਤਾਂ ਸਾਨੂੰ ਉਹ ਦੱਸਦੀ ਨਾ ਕੁੜੀ? ਅਸੀਂ ਤੇ ਆ ਬੜੇ ਹੈਰਾਨ ਹੋ ਗਏ ਅੱਜ ਕੱਲ੍ਹ। ਕੁੜੀ ਦਾ ਨਾਮ ਸੰਜੋਗਿਤਾ ਸੀਗਾ, ਸੰਜੋਗਿਤਾ ਕੁੜੀ ਦੀ ਏਜ ਲਗਭਗ ਮੇਰੇ ਖਿਆਲ 34 ਹੋਏਗੀ। ਤਾਂ ਕਿ ਬਾਈ ਦਾ ਲਾ ਕੇ ਦੇ ਕੋਲ ਕੋਲ ਕੀ ਮੰਗ ਕੀ ਕਰਦੇ? ਜਿੰਨ ਜ਼ਰ ਸਾਰੇ ਡੱਬਰ ਦੇ ਪਰਚਾ ਨਹੀਂ ਹੋਏਗਾ, ਮੈਂ ਅੰਦਰ ਲਾਸ਼ ਨਹੀਂ ਸੜਾ ਤਣੀ ਆਪਣੀ ਭੈਣ ਦੀ। ਤਿਆਰ ਜੰਨਾਂ ਨੂੰ ਹੱਟ ਤੱਕ ਪਹੁੰਚ ਨਹੀਂ ਜੇ ਇਹਨਾਂ ਦੀ। ਦੇਖੋ ਜੇ ਉਹਨਾਂ ਦੀ ਆਖ ਕੁਛ, ਉਹਨਾਂ ਦੀ ਮੂੰਹ ਸੀ, ਉਹ ਇੱਕ ਇੱਥੇ ਉਹਨਾਂ ਦਾ ਇੱਕ ਫੈਮਿਲੀ ਮੈਂਬਰ ਹੀ ਪਹੁੰਚਿਆ, ਕਿਉਂ ਨਹੀਂ ਪਹੁੰਚਿਆ ਉਹਨਾਂ ਦਾ ਇੱਕ ਫੈਮਿਲੀ ਮੈਂਬਰ? ਉਹਨਾਂ ਨੇ ਜੋ ਸੱਚੀ ਹੈ, ਜੋ ਸੱਚੀ ਆ, ਕਿਉਂ ਨਹੀਂ ਇੱਕ ਫੈਮਿਲੀ ਮੈਂਬਰ ਪਹੁੰਚਿਆ? ਫੈਮਿਲੀ ਮੈਂਬਰ ਕੋਈ ਨਹੀਂ ਆ, ਕੋਈ ਨਹੀਂ ਆ। ਅਸੀਂ ਦਵਾਂਗੇ ਜੀ, ਦਵਾਂਗੇ ਸਾਰਿਆਂ ਤੇ। ਜਿੰਨੀ ਦੇਰ ਪਰਚਾ ਨਹੀਂ ਹੋਏਗਾ ਮੈਂ ਲਾਸ਼ ਨਹੀਂ ਸੜਨ ਦਾਂਗੀ। ਮੈਨੂੰ ਕੋਈ ਤਕਰੀਬਨ 10:30 ਵਜੇ ਫੋਨ ਆਇਆ ਮੇਰੇ ਕਲੀਅਰ ਮੇਰਾ ਪ੍ਰਵੀਰ ਚੋਪੜੇ ਦਾ, ਇਹ ਉਹਦਾ ਫੰਡੂ ਹੈ ਵਿਸ਼ਾਲ ਕਪੂਰ ਦਾ, ਕਿ ਭਾਅ ਜੀ ਇੱਦਾਂ ਤਾਂ ਸੰਜੋਗਤਾ ਘਰੋਂ ਗਈ ਹੈ, ਲੱਭ ਨਹੀਂ ਰਹੇ। ਮੈਂ ਉਸੇ ਵੇਲੇ ਉੱਠ ਕੇ ਇੱਥੇ ਘਰ ਗਿਆ, ਅਸੀਂ ਘਰੋਂ ਨਿਕਲੇ ਹਾਂ ਦਰਬਾਰ ਸਾਹਿਬ ਜਾਣ ਵਾਸਤੇ। ਕਹਿੰਦੇ ਜੀ ਉਹ ਦਰਬਾਰ ਸਾਹਿਬ ਗਈ ਸੀ, ਅਸੀਂ ਕਿਹਾ ਵੀ ਚਲੋ ਇੱਕ ਫੋਟੋ ਵੀ ਨਾਲ ਲਈ ਅਸੀਂ, ਕਿ ਚਲੋ ਆਸੇ ਪਾਸੇ ਅਸੀਂ ਅੰਦਰ ਜਾ ਕੇ ਸੇਵਾਦਾਰਾਂ ਨੂੰ ਪੁੱਛਦੇ ਹਾਂ ਵੀ ਕੋਈ ਕਿਸੇ ਨੇ ਛਾਲ ਨਾ ਮਾਰਤੀ ਹੋਵੇ ਸਰੋਵਰ ਦੇ ਵਿੱਚ ਜਾਂ ਕੁਛ। ਤੇ ਇੰਨੇ ਚਿਰ ਨੂੰ ਅਸੀਂ ਜਦੋਂ ਰਸਤੇ 'ਚ ਸਾਨੂੰ ਫੋਨ ਆ ਗਿਆ ਕਿ ਇੱਦਾਂ ਦਾ ਇੱਕ ਡੈਡ ਬੋਡੀ ਮਿਲੀ ਹੈ, ਤੇ ਉਹਦੀ ਆਦਤ ਸ਼ਨਾਖਤ ਕਰ। ਉਹ ਜਦੋਂ ਅਸੀਂ ਪਾਏ ਜਾਂਦੇ ਉਦੋਂ ਕੁੜੀ ਜਿਹੜੀ ਸੀ ਉਹ ਸੰਜੋਗ ਕਰ। ਤੁਹਾਨੂੰ ਕਿਹਦਾ ਫੋਨ ਆਇਆ ਜੀ ਡੈਡ ਬੋਡੀ ਮਿਲੀ? ਸਾਨੂੰ ਇਹ ਤਾਂ ਹੀ ਕਿਸੇ ਰੈਲਜਮ ਦਾ ਆਇਆ ਸੀ ਕੁੜੀ ਵਾਲਿਆਂ ਦੇ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਤੁਹਾਡੀ ਕੁੜੀ ਕਿੰਨੇ ਵਜੇ ਮਿਸਿੰਗ ਹੋਈ ਤੇ ਕਿੰਨੇ ਵਜੇ ਤੁਹਾਨੂੰ? ਸਾਨੂੰ 9:30 ਵਜੇ ਤੱਕ ਫੋਨ ਆਇਆ। ਮੈਨੂੰ ਜਿਹੜਾ ਆਇਆ ਸੀ ਉਹ 10:30 ਵਜੇ ਤੋਂ ਕਰੀਬ ਕਰੀਬ ਫੋਨ ਆਇਆ ਸੀ ਮੇਰੇ ਦੋਸਤ ਦਾ ਪਰਵੇਸ਼ ਰੋਲੇ ਦਾ, ਇਸ ਤਰ੍ਹਾਂ ਸੰਜੋਗਤਾ ਲੱਭੇ ਨਹੀਂ ਰਹੀ। ਸਰ ਕਾਰਨ ਕੀ ਸੁਣੀ? ਕਾਰਨ ਇਹਨਾਂ ਦਾ ਘਰੇਲੂ ਝਗੜਾ ਹੈ ਜੀ ਇਹਨਾਂ ਦਾ, ਜਿਹੜਾ ਕਿ ਪਰਮਜੀਤ ਚੋਪੜਾ ਜਿਹੜਾ ਹੈਗਾ ਕਾਂਗਰਸ ਦਾ ਵੀ ਲੀਡਰ ਕੋਈ ਹੈਗਾ, ਉਹ ਦਾ ਮੁੰਡੇ ਦਾ ਜੀਜਾ ਹੈ। ਤੇ 1 ਸਾਲ ਪਹਿਲਾਂ ਵੀ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਜਿਹੜਾ ਹੋਇਆ ਸੀ, ਤੇ ਇਹਨਾਂ ਨੇ ਕੋਪਰੇਟ ਕਰਕੇ ਤੇ ਇਹਨਾਂ ਨੇ ਕੁੜੀ ਨੂੰ ਭੇਜ ਦਿੱਤਾ ਸੀ।
अज फिर कोई दिवाली पहलो सुन च आया कि इन्हों झगड़ा होया आपस में मियां बीवी का कोई गए गल तो कुड़ी ने अज ये कदम चुकी डिप्रैशन कुड़ी डिप्रैशन च नहीं सी है जो कुड़ी डिप्रैशन च होंगी तो टिके वाले दिन टिका ला के आई है कुड़ी बड़ी हसकेट रही सी पता नहीं घर आके कोई आपस कोई फिर कोई गलबात हुई हो इस बारे हम मियां बीवी की आप कह सकते हैं।